ਦਮਦਮ ਸਾਹਿਬ ਤਲਵੰਡੀ ਸਾਬੋ ਵਿਸਾਖੀ ਦੇ ਮੌਕੇ ਤੇ ਕੁਝ ਪੰਥਕ ਧਿਰਾਂ ਵੱਲੋਂ ਇਸ ਸਾਲ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਉਹਦੇ ਨਾਲ ਸਿੱਖ ਜਥੇਬੰਦੀਆਂ ਦੇ ਅੰਦਰ ਇੱਕ ਨਵੀਂ ਬਹਿਸ ਛਿੜ ਗਈ ਹੈ। ਅਸਲ ਜੇਕਰ ਦੇਖਿਆ ਜਾਵੇ ਤਾਂ ਇਸ ਦਾ ਪਿਛੋਕੜ ਪਿਛਲੇ ਸਾਲ ਸਰਬੱਤ ਖਾਲਸਾ ਬੁਲਾਉਣ ਦੇ ਨਾਲ ਜੁੜਿਆ ਹੋਇਆ ਜਦੋਂ ਇੱਕ ਵੱਡੇ ਇਕੱਠ ਨੇ ਨਵੇਂ ਜਥੇਦਾਰਾਂ ਨੂੰ ਥਾਪਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਕੀਤੀਆਂ ਨਿਯੁਕਤੀਆਂ ਸੀ ਉਹਨਾਂ ਨੂੰ ਰੱਦ ਕਰਨ ਦੇ ਨਾਲ ਕਈ ਹੋਰ ਅਹਿਮ ਫੈਸਲੇ ਲਏ। ਇਹ ਵੱਖਰੀ ਗੱਲ ਕਿ ਬਾਅਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਇਕੱਠ ਵੱਲੋਂ ਲਏ ਸਾਰੇ ਫੈਸਲਿਆਂ ਨੂੰ ਰੱਦ ਕੀਤਾ। ਹੁਣ ਜਦੋਂ ਸਰਬੱਤ ਖਾਲਸਾ ਬੁਲਾਉਣ ਦਾ ਦੁਬਾਰਾ ਐਲਾਨ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਮੁੜ ਇਹ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਕਿਸੇ ਨੂੰ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਨਹੀਂ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਹਾਜ਼ਰ ਨੇ ਭਾਈ ਅਸ਼ੋਕ ਸਿੰਘ ਬਾਗੜੀਆਂ, ਉੱਘੇ ਸਿੱਖ ਵਿਦਵਾਨ, ਮੈਂ ਉਹਨਾਂ ਨੂੰ ਜੀਆਂ ਆਖਦਾ ਹਾਂ। ਇਸੇ ਤਰ੍ਹਾਂ ਸਾਹਿਬ ਗੁਰਨਾਮ ਸਿੰਘ ਸਿੱਧੂ, ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ, ਮੈਂ ਉਹਨਾਂ ਨੂੰ ਵੀ ਜੀਆਂ ਆਖਦਾ। ਤੀਜੇ ਸਾਡੇ ਨਾਲ ਖਾਸ ਮਹਿਮਾਨ ਸੁਰਿੰਦਰ ਸਿੰਘ ਬਾਬਾ, ਜਿਹੜੇ ਕਿ ਪਟਿਆਲਾ ਯੂਨੀਵਰਸਿਟੀ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਪਣੇ ਸਮੇਂ ਦੇ ਪ੍ਰਧਾਨ ਰਹੇ ਆ ਔਰ ਸਿੱਖ ਹਲਕਿਆਂ 'ਚ ਇੱਕ ਜਾਣੀ ਪਛਾਣੀ ਹਸਤੀ ਨੇ। ਮੈਂ ਤਿੰਨੇ ਮਹਿਮਾਨਾਂ ਨੂੰ ਜੀਆਂ ਆਖਦਾ। ਭਾਈ ਸਿੱਧੂ ਸਾਹਿਬ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਸਰਬੱਤ ਖਾਲਸਾ ਬੁਲਾਉਣ ਦਾ ਜਿਹੜੀਆਂ ਪੰਥਕ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ, ਉਹਨਾਂ ਜਥੇਬੰਦੀਆਂ 'ਚ ਆਪਣੀ ਜਥੇਬੰਦੀ ਵੀ ਸ਼ਾਮਲ ਹੈ, ਆਖਿਰ ਕਿਉਂ ਜ਼ਰੂਰਤ ਪਈ ਹੈ ਸਰਬੱਤ ਖਾਲਸਾ ਬੁਲਾਉਣ ਦੀ? ਸਰਬੱਤ ਖਾਲਸਾ ਹੁਣ ਤੱਕ ਕਦੇ ਵੀ ਜਹਿਦਰ ਅਕਾਲ ਤਖਤ ਵੱਲੋਂ ਨਹੀਂ ਬੁਲਾਇਆ ਗਿਆ ਜੀ। ਜੇ ਜਹਿਦਰ ਅਕਾਲ ਤਖਤ ਇੰਨਾ ਲਾਇਕ ਹੋਵੇ, ਇੰਨਾ ਦਰਦਮੰਦ ਹੋਵੇ ਤਾਂ ਲੋੜ ਹੀ ਨਹੀਂ ਪੈਂਦੀ ਸਰਬੱਤ ਖਾਲਸਾ। ਲੋੜ ਉਦੋਂ ਪੈਂਦੀ ਹੈ ਜਦੋਂ ਸਾਡੇ ਸਿੱਖਾਂ ਦੀਆਂ ਮਸਲੇ, ਸਾਡੇ ਜਿਹੜੇ ਪਚੀਦੇ ਇੰਨੇ ਹੋ ਗਏ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਜੀ। SGPC ਜਿਨ੍ਹਾਂ ਨੂੰ ਹਜੇ ਇਲੈਕਸ਼ਨ ਹੋਏ, ਜਿਨ੍ਹਾਂ ਨੂੰ ਹਜੇ ਤੱਕ ਸਹੁੰ ਨਹੀਂ ਚੁਕਾਈ ਗਈ, ਸਰਬੱਤ ਖਾਲਸਾ ਬੁਲਾਏ ਨੂੰ, ਚੱਬੇ ਤੋਂ ਬੁਲਾਏ ਨੂੰ ਅੱਜ ਤਕਰੀਬਨ 6 ਮਹੀਨੇ ਤੋਂ ਉੱਪਰ ਹੋ ਗਿਆ ਜੀ। ਹਜੇ ਤੱਕ ਤੁਹਾਡਾ ਜਹਿਦਰ ਅਕਾਲ ਤਖਤ ਜਿਹੜਾ ਸੋ ਕਾਲਡ ਸਾਹਿਬ ਗੁਰਬਚਨ ਸਿੰਘ ਜਾਂ ਦੂਸਰੇ ਜਹਿਦਰ ਕਦੇ ਕਿਤੇ ਕਿਸੇ ਪਿੰਡ ਜਾਂ ਕਿਸੇ ਇਕੱਠ 'ਚ ਨਹੀਂ ਜਾ ਸਕਦੇ, ਨਾ ਗਏ ਹੈ ਜੀ। ਸਿਰਫ ਕੱਲ੍ਹ ਪਰਸੋਂ ਦੋ ਦਿਨ ਵੇਖਿਆ ਜਿਹੜਾ ਤਲਵੰਡੀ ਸਾਬੋ ਵਾਲਾ ਜਥੇਦਾਰ ਬੋਲਿਆ। ਨਹੀਂ ਤਾਂ ਜਥੇਦਾਰਾਂ ਦਾ ਕੰਮ ਹੈ, ਕੌਮ ਦੇ ਜੋ ਹੁਣ ਸਾਡੀ ਨਵੀਂ ਪੀੜ੍ਹੀ ਹੈ, ਨਸ਼ਿਆਂ ਦਾ ਲਾ ਲਓ, ਜਲਾਲਤ ਗਰੀਬੀ ਦੀ ਲਾ ਲਓ, ਕਰਜ਼ੇ ਦੀ ਲਾ ਲਓ, ਜਿਹੜਾ ਸਭ ਤੋਂ ਖੁਸ਼ਹਾਲ ਵਰਗ ਸੀ ਜ਼ਿਮੀਂਦਾਰ ਵਰਗ, ਜਿਹੜਾ ਆਤਮ ਹੱਤਿਆ ਕਰ ਰਿਹਾ ਡੇ ਬਾਈ ਡੇ, ਇੰਨਾ ਦੁੱਖ ਲੱਗਦਾ। ਕਦੇ ਸ੍ਰੀ ਅਕਾਲ ਤਖਤ ਵੱਲੋਂ ਜਥੇਦਾਰ ਵੱਲੋਂ ਕੋਈ ਬਿਆਨ, ਕਦੇ SGPC ਵੱਲੋਂ ਕਿਸੇ ਨੂੰ ਕੋਈ ਹਮਦਰਦੀ। ਇਹ ਜਿਹੜੀਆਂ ਜਥੇਬੰਦੀਆਂ ਸੀ ਇਹ ਸਿੱਖਾਂ ਦੇ ਹਮਦਰਦ, ਸਿੱਖਾਂ ਦਾ ਦਰਦ ਮੰਨਣ ਵਾਲਾ ਸੀ। ਓਕੇ, ਤੁਹਾਨੂੰ ਲੱਗਦਾ ਕਿ ਉਸ ਮੌਕੇ 'ਤੇ ਜ਼ਰੂਰਤ ਸੀ ਇਸ ਗੱਲ ਦੀ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ? ਮੈਂ ਦੁਬਾਰਾ ਆਉਣਾ ਸਿੱਧੂ ਸਾਹਿਬ ਇਹਨਾਂ ਮੁੱਦਿਆਂ 'ਤੇ ਤੁਹਾਡੇ ਵੱਲ। ਭਾਈ ਬਾਗੜੀਆਂ ਜੀ, ਜਿੱਦਾਂ ਸਿੱਧੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਸਰਬੱਤ ਖਾਲਸਾ ਜਿਹੜਾ ਉੱਥੇ ਪੰਥਕ ਜਥੇਬੰਦੀਆਂ ਵੱਲੋਂ ਬੁਲਾਇਆ ਗਿਆ ਉਸ ਦੀ ਜ਼ਰੂਰਤ ਸੀ, ਦੂਜਾ ਇਹਨਾਂ ਨੇ ਗੱਲ ਕਹੀ ਹੈ ਕਿ ਕਦੇ ਵੀ ਇਹਦਾ ਜਿਹੜਾ ਫੈਸਲਾ ਅਕਾਲ ਸਾਹਿਬ ਦੇ ਜਥੇਦਾਰ ਵੱਲੋਂ ਨਹੀਂ ਲਿਆ ਗਿਆ ਜਿੱਦਾਂ ਕਿ SGPC ਵੱਲੋਂ ਕਿਹਾ ਜਾ ਰਿਹਾ? ਮੇਰੀ ਬੇਨਤੀ ਇਹ ਹੈ ਕਿ ਇਹ ਇੱਕ ਬਹੁਤ ਹੀ ਡੈਮੋਕਰੈਟਿਕ ਆਈਡੀਆ ਜੋ ਮਹਾਰਾਜ ਨੇ ਦਿੱਤਾ ਹੈ ਜੀ, ਪੰਚ ਪ੍ਰਧਾਨ ਦਾ, ਉਹ ਹੈ ਇੱਕ ਇਕੱਠੀ ਜਿਹਨੂੰ ਕਹਿੰਦੇ ਨੇ ਕਲੈਕਟਿਵ ਥਿੰਕਿੰਗ, ਪੰਥਕ ਉਹੀ ਜਿਹਨੂੰ ਪੰਜਾਬੀ 'ਚ ਆਪਾਂ ਚਲੋ ਪੰਥਕ ਓਰੀਐਂਟਡ ਕਹਿ ਲਓ, ਕਲੈਕਟਿਵ ਹੈ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਵੀ ਜਿਸ ਵੇਲੇ ਕੋਈ ਮਸਲਾ ਪੇਸ਼ ਹੁੰਦਾ ਹੈ ਉਦੋਂ ਜਿਹੜਾ ਬੁਲਾਵੇ ਕੋਈ ਬੰਦਾ ਉਹ ਇੰਡੀਪੈਂਡੈਂਟ ਹੋਣਾ ਚਾਹੀਦਾ, ਉਹ ਧਿਰਾਂ ਦੇ ਵਿੱਚ ਇਨਵੋਲਵਡ ਨਹੀਂ ਹੋਣਾ ਚਾਹੀਦਾ। ਓਕੇ, ਅਗਰ ਧਿਰਾਂ ਦੇ ਵਿੱਚ ਇਨਵੋਲਵ ਹੋਇਆ ਬੰਦਾ ਕੋਈ ਇਕੱਠ ਬੁਲਾਉਂਦਾ ਉਸ ਨੂੰ ਅਸੀਂ ਇੰਡੀਪੈਂਡੈਂਟ ਇਕੱਠ ਨਹੀਂ ਕਹਿ ਸਕਦੇ ਜੀ ਜੀ। ਦੂਸਰਾ ਇਹ ਵੀ ਜੋ ਅਕਾਲ ਤਖ਼ਤ 'ਤੇ ਠੀਕ ਹੈ ਜਥੇਦਾਰ ਜੋ ਵੀ ਹੈ ਲਿਆਕਤ ਅੱਗੇ ਪਿੱਛੇ ਹੋ ਸਕਦੀ ਹੈ, ਲੇਕਿਨ ਅਸੀਂ ਅਕਾਲ ਤਖ਼ਤ ਦੇ ਨਾ ਤਾਂ ਅਸੀਂ ਉਹਨਾਂ ਦੀ ਸ਼ਾਨ ਅਤੇ ਨਾ ਹੀ ਉਹਦੀ ਅਥੋਰਿਟੀ ਨੂੰ ਚੈਲੇਂਜ ਕਰਨ ਦੇ, ਨਾ ਅਸੀਂ ਉਹਨੇ ਲਾਇਕ ਹਾਂ ਅਤੇ ਨਾ ਹੀ ਇੰਨੇ ਸਾਨੂੰ ਇਹਨੇ ਮੂਰਖ ਹੋਣਾ ਚਾਹੀਦਾ ਵੀ ਅਸੀਂ ਆਪਣੀ ਇੰਸਟੀਟਿਊਸ਼ਨ ਨੂੰ ਬਰਬਾਦ ਕਰ ਦਈਏ। ਹੁਣ ਮੇਰਾ ਸਵਾਲ ਇਹ ਪੈਦਾ ਵੀ ਜਦੋਂ ਜਥੇਦਾਰ ਅਕਾਲ ਤਖ਼ਤ ਨੇ ਕੋਈ ਵਕਤ ਪਏ, ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ, ਸਹੀ ਦਿੱਤੇ ਹੁਕਮਨਾਮੇ ਉਹ ਲਾਗੂ ਕਿਉਂ ਨਹੀਂ ਕੀਤੇ? 1997 ਦੇ ਵਿੱਚ ਜਿਸ ਵੇਲੇ ਉਹ ਜਥੇਦਾਰ ਨੇ ਦੇਖਿਆ ਵੀ ਅਕਾਲੀ ਦਲ ਫੱਟ ਰਹੇ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਆ ਜਿਹੜਾ ਮਨਾ ਰਹੇ ਹੋ ਖਾਲਸੇ ਦਾ 300 ਸਾਲਾ ਇਹ ਮਨਾ ਲਓ, ਉਸ ਤੋਂ ਬਾਅਦ ਅਡਡ ਹੋ ਜਾਓ।
ਉਹਨੀ ਮੰਨਿਆ ਕਿਸੇ ਨੇ ਉਹਨਾਂ ਦੀ ਅਥੋਰਿਟੀ ਨੂੰ ਚੈਲੇਂਜ ਅਸੀਂ ਖੋਰਾ ਲਾਉਂਦੇ ਹਾਂ ਅਸੀਂ ਆਪ ਉਸ ਤੋਂ ਬਾਅਦ ਆਇਆ ਇੱਕ ਹੋਰ ਵੀ ਇਹ ਜਿਹੜੇ ਜਨਸੰਘ ਜਾਂ ਆਰੀਆ ਸਮਾਜੀ ਨੇ ਜਿਹੜੇ ਗੁਰੂ ਸਾਹਿਬਾਨ ਦੇ ਖਿਲਾਫ਼ ਔਰ ਤੁਹਾਡੇ ਪਵਿੱਤਰ ਗ੍ਰੰਥਾਂ ਦੇ ਖਿਲਾਫ਼ ਇੰਨਾ ਕੁਛ ਬੋਲਦੇ ਨੇ ਜਿੰਨੀ ਦੇਰ ਉਸ ਦੀ ਇਹ ਮਾਫ਼ੀ ਨਹੀਂ ਮੰਗਦੇ ਉਨੀ ਦੇਰ ਇਹਨਾਂ ਨਾਲ ਮੇਲ ਮਿਲਾਪ ਨਾ ਹੋਵੇ ਇਹ ਜਥੇਦਾਰ ਅਕਾਲ ਤਖ਼ਤ ਦਾ ਹੁਕਮਨਾਮਾ ਅਸੀਂ ਕਿੰਨਾ ਕੁ ਮੰਨਦੇ ਹਾਂ ਜੀ ਜਦ ਅਸੀਂ ਆਪ ਹੀ ਨਹੀਂ ਉਹਨਾਂ ਦੇ ਜਿਹਨੂੰ ਕਹਿੰਦੇ ਨੇ ਜੇ ਸਾਡੇ ਅਸੀਂ ਉਹਨੂੰ ਸਹੀ ਸਮਝਦੇ ਹਾਂ ਫਿਰ ਉਹਨੂੰ ਅਸੀਂ ਮੰਨਦੇ ਕਿਉਂ ਨਹੀਂ ਓਕੇ ਬਿਲਕੁਲ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਹੱਦ ਤੱਕ ਜਿਹੜਾ ਹੈਗਾ ਅਸੀਂ ਆਪ ਜ਼ਿੰਮੇਵਾਰ ਹਾਂ ਭਾਈ ਸੁਰਿੰਦਰ ਸਿੰਘ ਜੀ ਜਿੱਦਾਂ ਇਹਨਾਂ ਨੇ ਚਰਚਾ 'ਚ ਇਸ ਗੱਲ ਨੂੰ ਲੈ ਕੇ ਆਉਂਦਾ ਕਿ ਕੀ ਜਿਹੜਾ ਹੈਗਾ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾਣਾ ਇਹਨਾਂ ਦਾ ਕਹਿਣਾ ਹੈ ਕਿ ਕੋਈ ਖਾਸ ਧਿਰਾਂ ਨਾਲ ਜੁੜੇ ਹੋਏ ਬੰਦੇ ਜਾਂ ਹਸਤੀਆਂ ਸਰਬੱਤ ਖਾਲਸਾ ਨਹੀਂ ਬੁਲਾ ਸਕਦੇ ਤੁਹਾਡੀ ਕੀ ਰਾਇ ਮੇਰੀ ਰਾਇ ਤਾਂ ਇਹੀ ਹੈ ਕਿ ਜਾਂ ਤਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਬੁਲਾਵੇ ਜਾਂ ਕੋਈ ਇੰਡੀਪੈਂਡੈਂਟ ਬਾਡੀ ਹੋਵੇ ਜਿਹੜੀ ਉਹ ਬੁਲਾਵੇ ਜੀ ਇਸ ਤੋਂ ਅਗਲੀ ਗੱਲ ਕਿ ਉੱਥੇ ਲਏ ਗਏ ਫੈਸਲੇ ਜਿਹੜੇ ਨੇ ਉਹ ਜਿਹੜੇ ਇੱਥੇ ਅੱਜ ਦੇ ਨੇ 1978 ਤੋਂ ਲੈ ਕੇ ਇਹ ਸਰਬੱਤ ਖਾਲਸਾ ਬੁਲਾਇਆ ਕਾਹਦੇ ਲਈ ਜਾਂਦਾ ਪੰਥ ਦੇ ਜਿਹੜੇ ਮਸਲੇ ਸੀ ਉਹਨਾਂ ਨੂੰ ਹੱਲ ਕਰਨ ਦੇ ਲਈ ਲੇਕਿਨ 1978 ਤੋਂ ਲੈ ਕੇ ਅਸੀਂ ਦੇਖਦੇ ਆ ਰਹੇ ਮਸਲੇ ਹੱਲ ਨਹੀਂ ਹੋਏ ਲੇਕਿਨ ਵੱਧ ਉਲਝਦੇ ਗਏ ਹੁਣ ਦੇਖਣਾ ਤਾਂ ਇਹ ਹੈ ਕਿ ਜਿਹੜਾ ਸਰਬੱਤ ਖਾਲਸਾ ਬੁਲਾ ਲਿਆ ਕੀ ਉਹਦੇ ਨਾਲ ਮਸਲੇ ਹੱਲ ਹੁੰਦੇ ਨੇ ਕਿ ਜਾਂ ਪਹਿਲਾਂ ਦੀ ਤਰ੍ਹਾਂ ਫੇਰ ਉਲਝਦੇ ਨੇ ਓਕੇ ਜੇ ਉਲਝਣੇ ਹੀ ਨੇ ਤਾਂ ਫਿਰ ਤਾਂ ਸੱਦਣ ਦੀ ਕੋਈ ਜ਼ਰੂਰਤ ਹੀ ਨਹੀਂ ਸੱਦਿਆ ਤਾਂ ਜਾਵੇ ਨਾ ਜੇ ਉਹ ਮਸਲੇ ਹੱਲ ਹੋਣੇ ਨੇ ਜੀ ਜੇ ਮਸਲੇ ਹੱਲ ਨਹੀਂ ਹੋਣੇ ਅਤੇ ਜਿਹੜੇ ਪਹਿਲਾਂ ਹੋਏ ਨੇ ਪਹਿਲਾਂ ਇੱਕ ਸਰਬੱਤ ਖਾਲਸਾ ਤਾਂ ਨਹੀਂ ਹੋਇਆ 1984 ਤੋਂ ਬਾਅਦ ਕਿੰਨੇ ਹੋਏ ਕਿੰਨੇ ਜਥੇਦਾਰ ਚੇਂਜ ਕੀਤੇ ਕਿੰਨਾ ਕੁਛ ਹੋਇਆ ਔਰ ਜੇਲ੍ਹਾਂ 'ਚ ਬੈਠੇ ਜਥੇਦਾਰ ਬਣਾਏ ਗਏ ਬਾਅਦ 'ਚ ਉਹਨਾਂ ਜਥੇਦਾਰਾਂ ਦਾ ਕੀ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਤੁਹਾਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਦਾ ਸਰਬੱਤ ਖਾਲਸਾ ਬੁਲਾਏ ਜਾਣ ਦਾ ਸਿੱਧੂ ਸਾਹਿਬ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਜਿੱਦਾਂ ਭਾਈ ਬਾਗੜੀਆਂ ਜੀ ਨੇ ਵੀ ਕਹੀ ਹੈ ਕਿ ਸਰਬੱਤ ਖਾਲਸਾ ਇਸ ਤਰ੍ਹਾਂ ਬੁਲਾਇਆ ਜਾਣਾ ਕਿਸੇ ਧਿਰ 'ਚ ਨਹੀਂ ਹੋਣਾ ਚਾਹੀਦਾ ਦੂਜਾ ਜਿੱਦਾਂ ਭਾਈ ਸੁਰਿੰਦਰ ਸਿੰਘ ਉਹਨਾਂ ਨੇ ਗੱਲ ਕਹੀ ਹੈ ਕਿ ਇੱਦਾਂ ਦੇ ਸਰਬੱਤ ਖਾਲਸਾ ਜਿਹੜੇ ਹੋਰ ਕੰਟਰੋਵਰਸੀ ਖੜ੍ਹੇ ਹੋਣ ਉਹਦਾ ਅਲਟੀਮੇਟਲੀ ਜਿਹੜਾ ਇਹਨਾਂ ਦਾ ਬੈਨੀਫਿਟ ਕੀ ਹੈ ਕਿਉਂ ਬੁਲਾਉਣ ਦੀ ਲੋੜ ਹੈ ਇਹਨਾਂ ਦੀ ਅਸਲ 'ਚ ਜਿੰਨਾ ਚਿਰ ਇਹ ਅਕਾਲੀ ਦਲ ਜਿਹਨੂੰ ਕਹਿੰਦੇ ਕਲੰਕਿਤ ਮੈਂ ਤਾਂ ਕਹਿੰਦਾ ਕਲੰਕਿਤ ਅਕਾਲੀ ਦਲ ਹੈ ਜਿੰਨਾ ਚਿਰ ਇਹ ਹੈ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਤਹਿਸ਼ ਨਹਿਸ਼ ਕਰਤਾ ਇਹਨਾਂ ਨੇ 1975 ਜਿਹੜੀ ਐਮਰਜੈਂਸੀ ਲੱਗੀ ਸੀ ਇੰਦਰਾ ਗਾਂਧੀ ਦਾ ਸਾਡੇ ਨਾਲ ਕੋਈ ਦੁਸ਼ਮਣੀ ਸਾਡੇ 4 ਮਿਨਿਸਟਰ ਸੈਂਟਰ 'ਚ ਹੁੰਦੇ ਸੀ ਉਹਨੇ ਕਿਹਾ ਸੀ ਤੁਸੀਂ ਜਦੋਂ BJP ਜਾਂ ਜਨਸੰਘ ਖਰਾਬ ਕਰਦੀ ਸੀ ਉਹਨਾਂ ਨੂੰ ਉਹ ਥੋੜ੍ਹਾ ਸਬਕ ਦੇਣਾ ਚਾਹੁੰਦੀ ਸੀ ਪਰ ਸਾਡੇ ਬਾਦਲ ਸਾਹਿਬ ਨੇ ਉਹਨਾਂ ਨਾਲ ਰਲ ਕੇ ਉਹਦੀ ਐਮਰਜੈਂਸੀ ਫੇਲ ਕੀਤੀ ਜਿਹਦਾ ਸਾਨੂੰ 84 'ਚ ਭੁਗਤਣਾ ਪਿਆ ਸੋ ਜਦੋਂ ਤੋਂ ਇਹ ਆਇਆ ਇਹਨੇ ਸਿੱਖਾਂ ਦੇ ਹੱਕ 'ਚ ਕਦੇ ਵੀ ਇੱਕ ਵੀ ਫੈਸਲਾ ਨਹੀਂ ਕਰ ਸਕਿਆ ਪਤਾ ਨਹੀਂ ਇਹ ਖਰੀਦਿਆ ਜਾਂ ਵਿਕਾਊ ਹੈ ਸਿੱਧੂ ਸਾਹਿਬ ਬਾਦਲ ਸਾਹਿਬ ਉਹਦੇ ਹੱਕ 'ਚ ਫੈਸਲੇ ਨਹੀਂ ਲੈ ਸਕੇ ਜਾਂ ਉਹਨਾਂ ਦੀਆਂ ਕਤਾਈਆਂ ਹੈਗੀਆਂ ਗੈਰ ਜ਼ਿੰਮੇਵਾਰੀਆਂ ਹੈਗੀਆਂ ਬਿਲਕੁਲ ਠੀਕ ਪਰ ਜਿਹੜੀ ਤੁਸੀਂ ਗੱਲ ਆਪਾਂ ਕਰ ਰਹੇ ਕਿ ਕਹਿੰਦੇ ਸਰਬੱਤ ਖਾਲਸਾ ਇੱਕ ਧਿਰ ਨਾਲ ਜੁੜ ਕੇ ਇਸ ਤਰ੍ਹਾਂ ਨਹੀਂ ਬੁਲਾਇਆ ਜਾ ਸਕਦਾ ਬਿਲਕੁਲ ਇਹ ਗਲਤ ਹੈ ਪੰਥਕ ਦਰਦੀਆਂ ਦਾ ਇਕੱਠ ਹੈ ਪੰਥਕ ਦਰਦੀਆਂ ਨੇ ਜਦੋਂ ਪੰਥ 'ਤੇ ਕੋਈ ਭੀੜ ਪੈਂਦੀ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਗਲੀਆਂ 'ਚ ਰੋਲਿਆ ਗਿਆ ਪਤਰੇ ਰੋਲੇ ਗਏ ਜੀ ਉਹਦੇ ਕੋਈ ਸਾਡੀ ਅਕਾਲੀ ਦਲ ਸਰਕਾਰ ਜਿਹੜੀ ਪੰਥਕ ਸਰਕਾਰ ਕਹਿੰਦੀ ਉਹ ਨਹੀਂ ਕੁਛ ਕਰ ਸਕੀ ਹੋਰ ਨਹੀਂ ਕਰ ਸਕੇ ਅਤੇ ਇਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਾਨੂੰ ਕੀ ਹੈ ਅੱਗੇ ਫਿਰ ਕੀ ਦੱਸਦਾ ਹੈ ਜੇ ਉਹਦੇ ਵਾਸਤੇ ਵੀ ਅਸੀਂ ਇਕੱਠ ਨਹੀਂ ਕਰ ਸਕਦੇ ਕੋਈ ਸੁਧਾਰ ਨਹੀਂ ਕਰ ਸਕਦੇ SGPC ਦੇ ਮੈਂਬਰ ਸਾਡੇ ਸਾਹਮਣੇ ਚੁਕਾਈ ਗਈ ਜਿਹੜੀ ਧਾਰਮਿਕ ਕਮੇਟੀ ਸਾਡੀ ਜਿਹਨੂੰ ਕਰਨੀ ਸੀ ਇਲੈਕਸ਼ਨ ਹੋਏ ਨੂੰ 4-5 ਸਾਲ ਹੋ ਗਏ ਅਤੇ ਅਕਾਲੀ ਦਲ ਵੈਸੇ ਹੀ BJP ਦੇ ਥੱਲੇ ਲੱਗਿਆ ਅਤੇ ਫਿਰ ਕੌਣ ਕਰੂਗਾ ਕਿਹੜੀ ਪੰਥਕ ਦਰਦ ਜਿਹੜਾ ਜਿਹਨੂੰ ਦਰਦ ਨਹੀਂ ਚਲੋ ਫੈਸਲੇ ਸਿਰੇ ਨਹੀਂ ਚੜ੍ਹੇ ਕਿਉਂਕਿ ਸਰਕਾਰ ਸਾਡੇ ਉਲਟ ਰਹੀ ਹੈ ਹਮੇਸ਼ਾ ਹੀ ਉਹਨੇ ਪੰਥ ਨੂੰ ਹਮੇਸ਼ਾ ਹੀ ਦਬਾ ਕੇ ਰੱਖਿਆ ਸਿਰਫ ਕੁਰਸੀ ਨਾਲ ਪਿਆਰ ਰੱਖਿਆ ਇਸ ਕਰਕੇ ਨਹੀਂ ਹੋਏ ਕਿ ਸਮਾਜ ਹੋਊਗਾ ਸਭ ਕੁਛ ਹੋਜੂਗਾ ਜਦੋਂ ਭਾਈ ਅਰੂੜ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਕਾਤਲ ਨੂੰ ਸਰੋਪਾ ਦੇ ਤਾ ਪੰਥ ਘਿਰਦੇ ਬਲੂੰਦਰੇ ਗਏ ਉਦੋਂ ਭਾਈ ਕਰਤਾਰ ਸਿੰਘ ਝੱਬਰ ਇਹਨਾਂ ਰਲ ਕੇ ਪੰਥਕ ਦਰਦੀਆਂ ਨੇ ਸੱਦਿਆ ਸੀ ਹਾਲਾਂ ਉਦੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ਨਹੀਂ ਸੀ ਜੀ ਪਰ ਇਹਨਾਂ ਨੇ ਰਲ ਕੇ ਸੱਦਿਆ ਸਾਰਾ ਪੰਥ ਇਕੱਠ ਕੀਤਾ ਉਦੋਂ ਕਿਹੜੇ ਜਥੇਦਾਰ ਅਕਾਲ ਤਖ਼ਤ ਨੇ ਸੱਦਿਆ ਸੀ ਘਰ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਜਿਹੜਾ ਹੈਗਾ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਬੁਲਾਇਆ ਜਾ ਸਕਦਾ ਪੰਥਕ ਦਰਦੀਆਂ ਵੱਲੋਂ ਪੰਥ ਦੇ ਭਲੇ ਲਈ ਓਕੇ ਭਾਈ ਬਾਗੜੀ ਜੀ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸੰਖੇਪ 'ਚ ਤੁਹਾਡੇ ਕੋਲੋਂ ਕਮੈਂਟ 'ਤੇ ਕਹਿੰਦੇ ਵੀ ਪ੍ਰਸਥਿਤੀਆਂ ਇਹੋ ਜਿਹੀਆਂ ਪੈਦਾ ਹੋ ਗਈਆਂ ਜਿਹਦੇ ਕਰਕੇ ਕਿਸੇ ਨਾ ਕਿਸੇ ਵੱਲੋਂ ਤਾਂ ਸਰਬੱਤ ਖਾਲਸਾ ਬੁਲਾਇਆ ਜਾਣਾ ਬਣਦਾ ਹੈ ਇਹ ਰਾਏ ਬਣਾਉਣੀ ਚਾਹੀਦੀ ਹੈ ਹੁਣ ਕਿੱਡੇ ਬਣਾਓਗੇ 1912-13 ਦਾ ਸਰਵੇ ਹੈ ਕਿ 12,000
ਪਿੰਡ ਦੇ ਕਰੀਬ ਹੈ ਆਪਣਾ 9,300 ਡੇਰੇ ਨੇ। ਜੇ ਇੱਕ ਇੱਕ ਬੰਦਾ ਵੀ ਉੱਥੇ ਆਊਗਾ ਤਾਂ 10-12,000 ਆਦਮੀ ਦਾ ਇਕੱਠ ਹੁੰਦਾ। ਉਹਨਾਂ ਦੇ ਸਾਹਮਣੇ ਮਸਲਾ ਰੱਖਣਾ, ਜਦੋਂ ਜਿਹੜੇ ਬੁਲਾਉਣ ਵਾਲੇ ਨੇ ਉਹ ਆਪ ਇੱਕ ਧਿਰ ਨਾ ਬਣਨ, ਆਪ ਨਾ ਕੁਛ ਲੈਣ, ਫਿਰ ਗੱਲ ਬਣਦੀ। ਤੇ ਜੇ ਆਪ ਹੀ ਬਣਨਾ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ। ਓਕੇ ਓਕੇ ਭਾਈ ਪਗੜੀਆਂ ਜੀ, ਜਿਹੜਾ ਬੜਾ ਅਹਿਮ ਮੁੱਦੇ ਨੂੰ ਤੁਸੀਂ ਲੈ ਰਹੇ ਹੋ, ਹੁਣ ਮੇਰੀ ਮਜ਼ਬੂਰੀ ਹੈ ਕਿ ਛੋਟੇ ਜਿਹੇ ਬ੍ਰੇਕ ਦੀ, ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ 'ਤੇ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਭਾਈ ਬਗੜੀਆਂ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਤੁਸੀਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਕਿ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਉਹ ਕਿਸੇ ਖਾਸ ਧਿਰ ਦੇ ਨਾਲ ਜੁੜੀਆਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਹੀ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ। ਨਹੀਂ, ਉਹ ਮਤਲਬ ਇਹ ਹੈ ਵੀ ਉਹ ਆਪ ਕਿਸੇ ਚੀਜ਼ ਦੀ ਪ੍ਰਾਪਤੀ, ਉਹਨਾਂ ਨੂੰ ਕੋਈ ਚੀਜ਼ ਨਾ ਦਿੱਤੀ ਜਾਏ ਜਾਂ ਲੈਣ, ਉਹਦੇ ਨਾ ਲੈਣ, ਉਹ ਨਿਰਪੱਖ ਹੋ ਕੇ ਦੇਣ। ਓਕੇ, ਅਗਰ ਉਹਦੇ ਵਿੱਚ ਰਾਇਆਂ ਦੋ ਆਉਂਦੀਆਂ ਨੇ ਤਾਂ ਉਹਨਾਂ ਦੋਨਾਂ ਵਿੱਚੋਂ ਕਿਸੇ ਨਾਲ ਉਹ ਸਹਿਮਤੀ ਨਾ ਦੇਣ, ਲੋਕਾਂ ਦੀ ਰਾਏ ਲੈਣ। ਭਾਈ ਪਗੜੀ ਜਿਹੜੇ ਪਿਛਲੀ ਵਾਰੀ ਜਿਹੜੇ ਸਰਬੱਤ ਖਾਲਸਾ 'ਚ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਤੁਹਾਨੂੰ ਲੱਗਦਾ ਕਿ ਉਹ ਢੰਗ ਤਰੀਕਾ ਸਹੀ ਨਹੀਂ ਸੀ? ਦੇਖੋ, ਪਹਿਲਾਂ ਉਹਨਾਂ ਦਾ ਫੈਸਲਾ ਤਾਂ ਹੋਇਆ ਨਾ ਵੀ ਇਹ ਸਰਬੱਤ ਖਾਲਸਾ ਜਿਹੜਾ ਹੈ ਨਿਰਪੱਖ ਬੁਲਾਇਆ ਗਿਆ। ਜੀ ਜੀ। ਦੂਸਰਾ ਸਵਾਲ ਪੈਦਾ, ਮੈਂ ਐਸੇ ਡੇਰੇਦਾਰ ਵੀ ਦੇਖੇ ਨੇ ਹੁਣ ਜਿਹੜੇ ਉਸ ਵੇਲੇ ਐਕਟਿਵ ਥੇ, ਇੱਥੇ ਪਿੱਛੇ ਜੇ ਕਿਸੇ ਦੇ ਘਰ ਪ੍ਰਾਈਵੇਟ ਪੋਰਟ ਸੀ ਅਤੇ ਉਹਨੂੰ ਇੱਕ ਦਿਨ ਸੁਨੇਹਾ ਭੇਜਦੇ ਨੇ ਵੀ ਸਵੇਰੇ ਅਰਦਾਸ ਅਸੀਂ ਕਰਾਂਗੇ, ਅਤੇ 6 ਜਾਣੇ ਆ ਗਏ ਵੜ ਗਏ ਉੱਥੇ ਅਰਦਾਸ ਕਰਨ ਕਿਸੇ ਦੇ ਪ੍ਰਾਈਵੇਟ ਘਰ, ਅਤੇ ਅਗਰ ਇਹੋ ਜਿਹੇ ਬੰਦੇ ਸਾਡੇ ਆਗੂ ਹੋ ਗਏ ਤਾਂ ਫਿਰ ਜ਼ਿੰਮੇਵਾਰੀਆਂ ਸੰਭਾਲਣੀਆਂ ਪੰਥ ਦੀਆਂ, ਉਹ ਆਪ ਆ ਕੇ ਇਸ ਤਰ੍ਹਾਂ ਦੇ ਇਕੱਠਾਂ 'ਚ ਸ਼ਾਮਿਲ ਹੋ ਕੇ ਆਪ ਉਹਦੇ ਨਾਂ ਲੈਣ, ਜਾਂ ਕਿ ਉਹਨਾਂ ਦਾ ਇੱਕ ਆਪਣਾ ਰੁਤਬਾ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਪ੍ਰਵਾਨਿਤ ਹੋਏ? ਮੈਂ ਇਸ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਕਿ ਉਹ ਉਹਦੇ ਨਾਂ ਲੈਣ, ਲੇਕਿਨ ਸਭ ਤੋਂ ਪਹਿਲਾਂ ਇਹ ਤਾਂ ਹੈ ਕਿ ਜਿਹੜਾ ਸਰਬੱਤ ਖਾਲਸਾ ਜਾਂ ਕੋਈ ਵੀ ਸਿੱਖਾਂ ਦਾ ਇਕੱਠ ਸੱਦਣਾ, ਚਾਹੇ ਉਹਨੂੰ ਕੋਈ ਵੀ ਨਾਮ ਦੇ ਲਓ ਜੀ, ਲੇਕਿਨ ਉਹ ਸਰ ਪ੍ਰਵਾਨਿਤ ਹੋਵੇ। ਸਰ ਪ੍ਰਵਾਨਿਤ ਹੁੰਦਾ ਨਹੀਂ ਹੈ, ਕਿਉਂਕਿ ਅਸੀਂ ਅੱਜ ਤੋਂ ਨਹੀਂ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ, 1978 ਤੋਂ ਦੇਖਦੇ ਆ ਰਹੇ ਹਾਂ। ਇੱਕ ਸਟੇਜ ਹੁੰਦੀ ਆ, ਉਹਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ, ਜੇ ਉੱਥੇ 50,000 ਦਾ ਇਕੱਠ ਆ, ਉਹ ਸਾਰਿਆਂ ਨੂੰ ਕਹਿੰਦੇ ਵੀ ਆਪਾਂ ਖਾਲਿਸਤਾਨ ਲੈਣਾ, ਸਾਰੇ ਬੋਲੇ ਸੋਹਣੇ ਵਾਲ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿੰਦੇ। 5 ਮਿੰਟ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਆ ਜਾਂਦੇ, ਉਹ ਕਹਿੰਦੇ ਖਾਲਿਸਤਾਨ ਨਾਲ ਸਿੱਖਾਂ ਦਾ ਨੁਕਸਾਨ ਹੋਊਗਾ, ਸਾਰੇ ਹੱਥ ਖੜੇ ਕਰੋ, ਆਪਾਂ ਨੂੰ ਖਾਲਿਸਤਾਨ ਨਹੀਂ ਚਾਹੀਦਾ। ਗੱਲ ਖਤਮ। ਹੁਣ ਗੱਲ ਤਾਂ ਆ ਵੀ ਜਿਹੜੇ ਸਾਡੇ ਮਤੇ ਨੇ ਸੰਗਤ ਤੋਂ, ਅਸੀਂ ਕਹਿੰਦੇ ਪ੍ਰਵਾਨਗੀ ਲੈਣੀ ਆ ਜੀ ਜੀ, ਉਹ ਜਾਂ ਤਾਂ ਸੰਗਤ ਦੇ ਤਿਆਰ ਕੀਤੇ ਹੋਣ, ਉਹ ਮਤੇ ਕਿਹਦੇ ਨੇ? ਸੰਗਤ ਦੇ ਵਿਚਾਰੇ ਜਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨੇ? ਪ੍ਰਬੰਧਕਾਂ ਜੋ ਕਹਿਤਾ ਸਾਰਿਆਂ ਹੱਥ ਖੜੇ ਕਰਕੇ ਬੋਲੇ ਸੋਹਣੇ ਵਾਲ, ਸਤਿ ਸ਼੍ਰੀ ਅਕਾਲ, ਗੱਲ ਖਤਮ। ਓਕੇ ਓਕੇ, ਬਿਲਕੁਲ ਅਹਿਮ ਗੱਲ ਜਿਹੜੀ ਹੈਗੀ ਹੈ ਸਿੱਧੂ ਸਾਹਿਬ, ਜਿੱਦਾਂ ਇਹਨਾਂ ਦੀ ਰਹਿ ਕੇ ਪਿਛਲੀ ਵਾਰੀ ਜਿਹੜਾ ਸਰਬੱਤ ਖਾਲਸਾ, ਉੱਥੇ ਇਸ਼ੂ ਇਹ ਵੀ ਉੱਠਿਆ ਕਿ ਜਿਹੜੇ ਮਤੇ ਲਿਆਂਦੇ ਗਏ ਹੈ ਉਹ ਅਚਾਨਕ ਸਟੇਜ ਦੇ ਉੱਤੇ ਆਏ, ਪਹਿਲਾਂ ਜਿਸ ਤਰ੍ਹਾਂ ਸਿੱਖ ਸੰਗਤ ਦੇ ਵਿੱਚ ਉਹਨਾਂ 'ਤੇ ਬਹਿਸ ਹੋਣੀ ਚਾਹੀਦੀ ਸੀ, ਡਿਬੇਟ ਹੋ ਕੇ ਅੱਗੇ ਆਉਣਾ ਚਾਹੀਦਾ ਸੀ, ਉਹ ਪ੍ਰੋਸੀਜਰ ਜਿਹੜਾ ਡੈਮੋਕ੍ਰੇਟਿਕ ਵੇ ਆ ਉਹ ਨਹੀਂ ਅਪਣਾਇਆ ਗਿਆ, ਸਟੇਜ ਦੇ ਉੱਤੇ ਪੜੇ ਗਏ ਔਰ ਪ੍ਰਵਾਨਗੀ ਜਿੱਦਾਂ ਇਹਨਾਂ ਨੇ ਕਿਹਾ ਪ੍ਰਵਾਨਗੀ ਲੈ ਲਈ ਗਈ। ਇਹ ਲੱਗਦਾ ਨਹੀਂ ਕਿ ਵੀ ਉਹ ਢੰਗ ਤਰੀਕਾ ਨਹੀਂ ਅਪਣਾਇਆ ਗਿਆ? ਅਸਲ 'ਚ ਭਾਈ ਸਾਹਿਬ, ਸਰਬੱਤ ਖਾਲਸੇ ਦਾ ਸਮਾਂ ਬਹੁਤ ਘੱਟ ਸੀ, ਬਹੁਤ ਕੋਸ਼ਿਸ਼ ਕੀਤੀ ਗਈ ਸਾਰਿਆਂ ਨੂੰ ਮਿਲ ਕੇ ਜੀ ਜੀ, ਹਰ ਇੱਕ ਜਥੇਬੰਦੀ ਕੋਲ ਜਾ ਕੇ, ਇਸੇ ਲਈ ਹੁਣ ਜਿਹੜਾ ਲੰਬਾ ਕੀਤਾ ਹੈ, ਜਿਹੜਾ ਸਮਾਂ ਹੁਣ ਘੱਟ ਸੀ ਵਿਸਾਖੀ ਤੱਕ ਦਾ, ਇਸੇ ਲਈ ਲੰਬਾ ਕੀਤਾ ਹੈ। ਅਤੇ ਪੰਥਕ ਦਰਦੀਆਂ ਨੂੰ, ਜਿਹੜੇ ਜਥੇਬੰਦੀਆਂ ਨੂੰ ਪੰਥ ਦਾ ਦਰਦ ਆਇਆ, ਜਿਹਨੂੰ ਪਿਆਰ ਆਇਆ ਜਾਂ ਜਿਹਨੂੰ ਦੁੱਖ ਲੱਗਦਾ ਹੈ, ਉਹ ਆਪ ਵੀ ਕੋਸ਼ਿਸ਼ ਕਰਨ, ਉੱਥੇ ਸੁਝਾਅ ਦੇਣ, ਜਾਣ ਵੀ, ਮਿਲਣ ਵੀ, ਕਿ ਉੱਥੇ ਬਾਉਂਡ ਤਾਂ ਹੈ ਨਹੀਂ ਵੀ ਕੋਈ ਆ ਨਹੀਂ ਸਕਦਾ, ਹਰ ਇੱਕ ਪੰਥ ਦਰਦੀ ਦਾ ਹੱਕ ਹੈ ਅਤੇ ਹਰ ਇੱਕ ਦਾ ਦਰਦ ਹੈ, ਉਹ ਸਾਰੇ ਸਲਾਹ ਦੇਣ, ਕਰਨ, ਬੈਠਣ। ਜੇ ਤਾਂ ਕਿਸੇ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਅਤੇ ਬੋਲਣ ਨਹੀਂ ਦਿੱਤਾ, ਫਿਰ ਤਾਂ ਕਹਿ ਸਕਦੇ ਵੀ ਇਹਨਾਂ ਮਰਾਪਲੀ ਆਪ ਨਹੀਂ ਕਰ ਲਈ। ਨਹੀਂ, ਇਹ ਤਾਂ ਹਰ ਇੱਕ ਪੰਥ ਦਰਦੀ ਦਾ ਹੱਕ ਬਣਦਾ। ਸਿੱਧੂ ਸਰ, ਜਿਹੜਾ ਇਹਨਾਂ ਨੇ ਭਾਈ ਸੁਰਿੰਦਰ ਸਿੰਘ ਹੋਣਾ ਨੇ ਵੀ ਇਸ਼ੂ ਨੂੰ ਖੜਾ ਕੀਤਾ ਹੈ ਕਿ ਵੀ ਉੱਥੇ ਇਹ ਮਤੇ ਜਿਹੜੇ ਆਏ ਆ ਉਹਨਾਂ 'ਤੇ ਪਹਿਲਾਂ ਉਸ ਤਰ੍ਹਾਂ ਵਿਚਾਰ ਨਹੀਂ, ਕਦੇ ਲੌਂਗੋਵਾਲ ਨੂੰ ਮੰਨਣ ਵਾਲੇ ਸੰਤ ਜਰਨੈਲ ਸਿੰਘ ਕੋਲ ਕਦੇ ਨਹੀਂ ਗਏ। ਸੰਤ ਜਰਨੈਲ ਸਿੰਘ ਦੇ ਮੰਨ ਜਿਹੜੇ ਉਹਨਾਂ ਨੂੰ ਮੰਨਦੇ ਸੀ ਉਹ ਕਦੇ ਲੌਂਗੋਵਾਲ ਦੇ ਨਹੀਂ ਗਏ। ਇਹ ਠੀਕ ਆਮ ਭੀੜ ਇਸ ਤਰ੍ਹਾਂ ਕਰਦੀ ਹੈ, ਪਰ ਜਿਹੜੇ ਮੇਨ ਬੰਦੇ ਉਹ ਤਾਂ ਕਦੇ ਇਸ ਤਰ੍ਹਾਂ ਨਹੀਂ ਹੁੰਦੇ, ਅਤੇ ਅਗਵਾਈ ਤਾਂ ਕੋਈ ਚੰਦ ਬੰਦੇ ਹੀ ਕਰਦੇ ਹੁੰਦੇ ਆ, ਸਾਰੀ ਭੀੜ ਤਾਂ ਕਦੇ ਆਪ ਅਗਵਾਈ ਨਹੀਂ ਕਰਦੀ, ਤਾਂ ਮਗਰ ਲੱਗਦੀ ਹੁੰਦੀ ਹੈ। ਨਹੀਂ, ਪਰ ਜਿਹੜਾ ਇਹਨਾਂ ਦਾ ਕਹਿਣਾ ਭਾਈ ਬਗੜੀ ਕਿ ਪੰਥਕ ਜਿਹੜਾ ਹੈਗਾ ਨੁਮਾਇੰਦਾ ਇਕੱਠ ਹੋਣਾ ਚਾਹੀਦਾ, ਉਹ ਤਾਂ ਫਿਰ ਸਾਰਿਆਂ ਦੀ ਵਿਚਾਰ, ਨੁਮਾਇੰਦਾ ਹੋਣਾ ਚਾਹੀਦਾ, ਇਹਦੇ 'ਚ ਅਸੀਂ ਵੀ ਮੰਨਦੇ ਹਾਂ, ਅਸੀਂ ਹੁਣ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਹਰ ਇੱਕ ਨੂੰ, ਕਿ ਹੁਣ ਸਮਾਂ ਹੈ, ਸਾਰਿਆਂ ਕੋਲ ਜਾਵਾਂਗੇ ਵੀ, ਬੇਨਤੀ ਵੀ ਕਰਾਂਗੇ ਵੀ ਸਾਰੇ ਆਓ, ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਲਈ ਅੱਜ ਇਹਨਾਂ ਨੂੰ ਪੰਥ ਦਾ ਦਰਦ ਹੈ,
ਉਹ ਕੋਈ ਇਕੱਲਾ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂ ਯੂਨਾਈਟਡ ਅਕਾਲੀ ਦਲ ਜਾਂ ਅਸੀਂ ਸਾਰਿਆਂ ਨੂੰ ਅਪੀਲ ਕੀਤੀ, ਸਾਰਿਆਂ ਕੋਲ ਗਏ ਵੀ ਦਲ ਖਾਲਸਾ ਕੋਲੋਂ, ਅਖੰਡ ਕੀਰਤਨੀ ਕੋਲੋਂ ਵੀ, ਜਿਹੜੀਆਂ ਜਥੇਬੰਦੀਆਂ ਉਹਨਾਂ ਇੰਡੀਵਿਜੁਅਲ ਤਾਂ ਕਿੱਥੇ ਵੀ ਜਾ ਸਕਦੇ ਹਾਂ, ਜਿਹੜੀਆਂ ਜਥੇਬੰਦੀਆਂ ਮੇਨ ਉਹਨਾਂ ਕੋਲ ਜਾਂ ਜੇ ਨਾਉਣ ਬੰਦੇ ਜਿਵੇਂ ਬਗੜੀਆ ਸਾਹਿਬ ਹੈ ਜਾਂ ਹੋਰਾਂ ਨੂੰ ਕੋਲ, ਸਾਰਿਆਂ ਕੋਲ ਫਿਰ ਦੁਬਾਰਾ ਵੀ ਬੇਨਤੀ ਕਰਾਂਗੇ। ਜੀ 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 ਭਾਈ ਬਗੜੀਆਂ ਜੀ, ਜਦੋਂ ਪਿਛਲੀ ਵਾਰੀ ਸਰਬੱਤ ਖਾਲਸਾ ਪੰਥਕ ਧਿਰਾਂ ਵੱਲੋਂ ਬੁਲਾਇਆ ਗਿਆ, ਇਹਦੇ ਜੀ ਸੀ ਕਿ ਬਹੁਤ ਚੰਗਾ ਇੱਕ ਤਕੜਾ ਹੁੰਗਾਰਾ ਮਿਲਿਆ, ਪਰ ਬਾਅਦ ਵਿੱਚ ਜਿਹੜੀਆਂ ਉੱਥੇ ਨਿਯੁਕਤੀਆਂ ਕੀਤੀਆਂ ਗਈਆਂ ਉਹਨਾਂ ਸਿੰਘ ਸਾਹਿਬਾਨ ਵੱਲੋਂ ਜਿਹੜੇ ਸੱਦੇ ਦਿੱਤੇ ਗਏ ਜਾਂ ਜਿਹੜੇ ਫੈਸਲੇ ਲਏ ਗਏ, ਉਹਨਾਂ ਨੂੰ ਸ਼ਾਇਦ ਸਿੱਖ ਪੰਥ ਵੱਲੋਂ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲਿਆ, ਕੀ ਵਜ੍ਹਾ ਹੋਈ? ਕਿਉਂਕਿ ਉਹਨੇ ਕੁਛ ਬੰਦੇ ਜਿਹੜੇ ਬਾਹਰੋਂ ਆਏ ਸੀ ਉਹ ਜਾਣ ਤੋਂ ਪਹਿਲਾਂ ਇੱਥੇ ਮੈਨੂੰ ਮਿਲੇ ਸੀ, ਬਾਹਰੋਂ ਤੁਹਾਡਾ ਮਤਲਬ ਜਿਹੜੇ ਦੂਜੇ ਮੁਲਕਾਂ ਤੋਂ ਆਏ? ਦੂਜੇ ਮੁਲਕਾਂ, ਮੈਂ ਉਹਨਾਂ ਨੂੰ ਆਪਣੇ ਵੱਲੋਂ ਜਿੰਨੀ ਕੁ ਮੈਂ ਰਾਇ ਠੀਕ ਸਮਝੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਤਾਂ ਉੱਥੇ ਖਾਲਿਸਤਾਨ ਦਾ ਸਵਾਲ ਨਹੀਂ ਪੈਦਾ ਹੋਣਾ ਚਾਹੀਦਾ, ਇੱਕ ਦੂਸਰਾ ਇਸ ਸੰਮੇਲਨ ਨੂੰ ਤੁਸੀਂ ਸਰਬੱਤ ਖਾਲਸਾ ਨਾ ਕਹੋ, ਇਹਨੂੰ ਤੁਸੀਂ ਸਿੱਖ ਸੰਮੇਲਨ ਕਹਿ ਕੇ ਰੱਖੋ, ਲੋਕਾਂ 'ਚ ਜਾਗਰਤ ਪੈਦਾ ਕਰੋ ਅਤੇ ਲੋਕਾਂ ਨੂੰ ਦੱਸੋ ਵੀ ਆਹ ਪ੍ਰੋਬਲਮ ਹੈ। ਅਤੇ ਇੰਨੇ ਨੂੰ ਇੱਕ ਹੋਰ ਸੱਜਣ ਨਾਲ ਆ ਗਿਆ, ਉਹ ਨਾਲ ਮਤੇ ਲੈ ਕੇ ਆ ਗਿਆ ਜੀ ਆਹ ਮਤੇ ਪਾਸ ਹੋਣੇ ਨੇ, ਤੋ ਮੈਂ ਫਿਰ ਚੁੱਪ ਕਰ ਗਿਆ, ਮੈਂ ਕਿਹਾ ਇੱਥੇ ਤਾਂ ਹੁਣ ਜੋ ਹੋਣਾ ਉਹ ਦਿਸਦਾ ਹੀ ਹੈ। ਇਹਨਾਂ ਦੀ ਗੱਲ ਬਿਲਕੁਲ ਸਹੀ ਹੈ, ਮਤੇ ਲੈ ਕੇ ਨਹੀਂ ਜਾਣਾ ਚਾਹੀਦੇ। ਅਜੇ ਜਿਹੜਾ ਮੌਕਾ ਹੈ ਮੈਂ ਕਹਿੰਦਾ ਉਹਦੀ ਬਹੁਤ ਜ਼ਰੂਰਤ ਹੈ, ਉਹ ਇਹ ਹੈ ਰਾਏ ਬਣਾਉਣ ਦੀ, ਰਾਏ ਬਣਾਓ। ਓਕੇ, ਦੂਸਰਾ ਇਹ ਹੈ ਵੀ ਅਸੀਂ ਅਕਾਲੀ ਦਲ ਔਰ SGPC ਨੂੰ ਜੋ ਆਪਾਂ ਇੰਨਾ ਕੁਛ ਕਹਿ ਸੁਣ ਰਹੇ ਹਾਂ, ਇਹ ਅਕਾਲੀ ਦਲ ਨੂੰ ਪੰਥ ਕਹਿਣਾ ਗਲਤੀ ਹੈ, ਕਿਉਂਕਿ ਪੰਥ ਦਾ ਲਫ਼ਜ਼ ਉਹਨਾਂ ਨੇ 1996 'ਚ ਛੱਡ ਦਿੱਤਾ, ਇਹ ਪੰਜਾਬੀ ਪਾਰਟੀ ਹੈ। ਓਕੇ ਜੀ, ਮੈਂ ਫਿਰ ਇਹ ਕਹਿੰਦੇ ਮੈਨੂੰ ਕੋਈ ਸੰਕੋਚ ਨਹੀਂ ਵੀ ਕੋਈ ਵੀ ਪਾਰਟੀ, ਕੋਈ ਵੀ ਸੰਸਥਾ, ਕੋਈ ਵੀ ਔਰਗਨਾਈਜੇਸ਼ਨ ਜਿਹਦੇ ਵਿੱਚ ਗੈਰ ਸਿੱਖ ਹੋਵੇ ਉਹ ਗੁਰਦੁਆਰੇ ਦਾ ਕੰਟਰੋਲ ਨਹੀਂ ਕਰ ਸਕਦਾ। ਉਸ ਹਿਸਾਬ ਨਾਲ ਕੋਈ ਹੈ ਜਿਹੜਾ ਕੋਈ ਹਿੰਦੂ ਭਾਈ ਨੌਨ ਹਿੰਦੂ ਨੂੰ ਆਪਣੇ ਮੰਦਰ ਦੀ ਉਹਦੇ ਜਾਂ ਮੁਸਲਮਾਨ ਆਪਣੀ ਮਸਜਿਦਾਂ 'ਚ ਨੌਨ ਦੱਸਦੇ, ਇਹ ਨਰੋਲ ਉਹੀ ਹੈ, ਉਸ ਪਾਸੇ ਨੂੰ ਸਾਡਾ ਕੋਈ ਗੱਲ ਹੀ ਨਹੀਂ ਕਰਦਾ। ਉਹ ਕਿਉਂਕਿ ਤੁਹਾਨੂੰ ਲੱਗਦਾ ਕਿ ਜਿੱਧਰ ਨੂੰ ਜਾਣਾ ਚਾਹੀਦਾ ਸੀਗਾ? ਭਾਈ ਸੁਰਿੰਦਰ ਸਿੰਘ ਜੀ, ਜਦੋਂ ਮੁੱਦਾ ਇਹ ਹੁੰਦਾ ਕਿ ਜਿੱਦਾਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜਥੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਵਿਦੇਸ਼ਾਂ ਤੋਂ ਵੀ ਲੋਕ ਆਏ ਜਿੱਦਾਂ ਭਾਈ ਬਾਗੜੀਆਂ ਜੀ ਨੇ ਕਹਿਣਾ, ਬਾਅਦ 'ਚ ਉਹ ਜਿਹੜੀ ਲੀਡਰਸ਼ਿਪ ਬਣੀ ਉਹਨੂੰ ਜਿਹੜਾ ਹੈਗਾ ਸਿੱਖ ਪੰਥ ਵੱਲੋਂ ਹੁੰਗਾਰਾ ਨਹੀਂ ਮਿਲਿਆ, ਕੀ ਵਜ੍ਹਾ ਹੈ? ਵਜ੍ਹਾ ਤਾਂ ਸਿੱਧੂ ਸਾਹਿਬ ਇੱਦਾਂ ਹੈ ਕਿ ਜਿੰਨੀ ਦੇਰ ਤੱਕ ਸਿੱਖਾਂ ਦੇ ਹਿਰਦਿਆਂ 'ਚ ਕੁਛ ਨਿਕਲ ਕੇ ਨਹੀਂ ਆਉਂਦਾ ਤਾਂ ਤੁਸੀਂ ਸਿੱਖਾਂ ਦੇ ਹਿਰਦਿਆਂ 'ਚ ਕੋਈ ਠੋਸਣ ਦੀ ਗੱਲ ਕਰੋਗੇ ਤਾਂ ਉਹ ਪਿਛਲੇ ਸਮੇਂ 'ਚ ਵੀ ਠੋਸਿਆ ਅਤੇ ਉਹਦਾ ਰਿਜ਼ਲਟ ਜਿਹੜਾ ਨਿਕਲਿਆ ਉਹ ਆਪਣੇ ਸਾਹਮਣੇ ਆ। ਠੀਕ ਆ, ਕੌਮ ਦੀ ਦੁਰਗਤ ਹੋਈ ਆ, ਉਹ ਸਾਰਿਆਂ ਨੇ ਹੀ ਧੱਕੇ ਖਾਧੇ ਆ ਜਿੰਨੇ ਬੈਠੇ ਆ, ਤਕਰੀਬਨ ਹਰ ਬੰਦਾ ਕਿਸੇ ਨਾ ਕਿਸੇ ਸੱਜੇ ਜਾਂ ਖੱਬੇ ਹਰ ਬੰਦਾ ਕਿਤੇ ਨਾ ਕਿਤੇ ਉਹਨਾਂ 'ਚ ਸ਼ਾਮਿਲ ਰਿਹਾ। ਠੀਕ ਹੈ, ਚਾਹੇ ਉਹਨੇ ਸਿੱਧੇ ਤਰੀਕੇ ਨਾਲ ਖਾ ਲਏ ਚਾਹੇ ਟੇਢੇ ਤਰੀਕੇ ਨਾਲ ਖਾ ਲਏ, ਸਭ ਨੇ ਖਾਧੇ ਆ। ਜੇ ਤਾਂ ਕੌਮ ਨੂੰ ਉੱਥੇ ਲਿਜਾਣਾ ਅਤੇ ਫਿਰ ਤਾਂ ਜਿਹੜੇ ਮਰਜ਼ੀ ਮਤੇ ਪਾਸ ਕਰ ਲੈਣ ਅਤੇ ਜੋ ਮਰਜ਼ੀ ਕਰ ਲੈਣ, ਫਿਰ ਤਾਂ ਕੁਛ ਨਹੀਂ। ਲੇਕਿਨ ਤੁਸੀਂ ਇੱਕ ਚੀਜ਼ ਦੇਖ ਲਿਓ, ਸਿੱਧੂ ਸਾਹਿਬ ਬੈਠੇ ਆ, ਚਲੋ ਲੰਬੇ ਸਮੇਂ ਬਾਅਦ ਮਿਲੇ ਆ, ਮੈਂ ਇਹ ਨਹੀਂ ਕਹਿੰਦਾ ਵੀ ਇਹ ਗਲਤ ਕਰ ਰਹੇ ਆ, ਪਰ ਇੱਕ ਦੇਖਿਓ, ਜਿਹੜਾ ਇਕੱਠ ਅੰਮ੍ਰਿਤਸਰ ਵਾਲਾ ਸੀ ਚੱਬੇ ਵਾਲਾ ਉਹ, ਅਤੇ ਇਸ ਇਕੱਠ ਦੇ ਵਿੱਚ ਫਰਕ ਰਹੇਗਾ। ਉਦੋਂ ਤਾਜ਼ਾ ਤਾਜ਼ਾ ਕੰਮ ਸੀ, ਲੋਕ ਹਲਾ ਹਲਾ ਕਰਦੇ ਭੱਜ ਲਏ ਆ। ਠੀਕ ਹੈ, ਇਹ ਇਕੱਲਾ ਅੱਜ ਦਾ ਨਹੀਂ ਹੈ, ਇਹ ਸ਼ੁਰੂ ਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਘੱਟਦਾ ਜਾਣਾ, ਕੰਮ ਪਿੱਛੇ ਹਟ ਜਾਣਾ। ਇੱਥੇ ਭਾਈ ਜਸਵੀਰ ਸਿੰਘ ਰੋਡੇ ਦਾ ਕੀ ਅਸਰ ਹੋਇਆ, ਉਸ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੀ ਹੋਇਆ, ਭਾਈ ਰਣਜੀਤ ਸਿੰਘ ਤੋਂ ਵੱਡੀ ਕੁਰਬਾਨੀ ਕਿਹਦੀ ਸੀਗੀ? ਰੋਲ 'ਤੇ ਫੜ ਕੇ ਇਹ ਕੌਮ ਜੇ ਚੜਾਉਣ ਲੱਗਦੀ ਹੈ ਅਤੇ ਸਿਖਰ 'ਤੇ ਚੜਾਉਂਦੀ ਹੈ ਜਦ ਰੋਲਦੀ ਹੈ ਤਾਂ ਪੈਰਾਂ 'ਚ ਰੋਲਦੀ ਵੀ ਚਾਹੀਦੀ। ਸਿੱਧੂ ਸਿੰਘ ਜੀ, ਮੈਂ ਇਹਦੇ ਸਿਰ ਤੁਹਾਡੀ ਗੱਲ 'ਚ ਵਾਧਾ ਕਰਨਾ ਚਾਹੁੰਦਾ, ਕਹਿੰਦੇ ਕੌਮ ਜਦੋਂ ਚੜਾਉਂਦੀ ਹੈ ਤਾਂ ਹਾਥੀ 'ਤੇ ਚੜਾ ਕੇ ਜਲੂਸ ਕੱਢਦੀ ਹੈ, ਜਦੋਂ ਲਾਉਂਦੀ ਹੈ ਤਾਂ ਪੈਰਾਂ ਥੱਲੇ ਰੋਲਦੀ। ਉਹਦੇ 'ਚ ਹੋਰ ਇੱਕ ਗੱਲ ਐਡ ਕਰਦੇ ਹਾਂ ਕਿ ਭਾਈ ਜਸਵੀਰ ਸਿੰਘ ਰੋਡੇ ਜਦੋਂ ਮੱਧ ਸਾਗਰ ਜੇਲ੍ਹ ਸੀਗੀ ਆਪਣੇ ਦੀ, ਉੱਥੋਂ ਦੀ ਮੱਧ ਪ੍ਰਦੇਸ਼ ਦੀ ਸੀ ਸ਼ਾਇਦ, ਜਿੱਥੋਂ ਰਿਹਾ ਸਾਗਰ ਜੇਲ੍ਹ ਤੋਂ ਰਿਹਾ ਹੋ ਕੇ ਆਏ, ਜਦੋਂ ਉਹ ਉਹਨਾਂ ਨੇ ਜਿਸ ਦਿਨ ਅਕਾਲ ਤਖ਼ਤ ਸਾਹਿਬ 'ਤੇ ਜਾਣਾ ਸੀ ਉਸ ਦਿਨ ਮੇਰਾ ਕਹਿ SGP ਸੀ ਟੌੜਾ ਸਾਹਿਬ ਸ਼ਾਇਦ ਅੰਦਰ ਸੀ, ਬਾਦਲ ਸਾਹਿਬ ਨੇ ਸ਼ਾਇਦ ਉਹ ਕਰਵਾਇਆ ਸੀ, ਐਡਜੈਕਟਿਵ ਦੀ ਮੀਟਿੰਗ ਕਰਾ ਕੇ ਪ੍ਰਵਾਨਗੀ ਦਵਾ ਦਿੱਤੀ, ਕਿਉਂਕਿ ਉਹਨਾਂ ਨੇ ਵੀ ਸੋਚਿਆ ਉਹ ਉਸ ਵੇਲੇ ਵੀ ਹੁਣ ਇਹਨਾਂ ਨੇ ਬਣ 'ਤੇ ਜਾਣਾ ਹੀ ਆ ਅਤੇ ਪ੍ਰਵਾਨਗੀ ਦੇ ਦਿਓ, ਦੇ ਦਿੱਤੀ। ਉਸ ਵੇਲੇ ਮੈਂ ਸਟੇਜ ਤੋਂ ਦੇਖਿਆ ਜਿਹੜਾ ਬੰਦਾ ਉਸ ਵੇਲੇ ਸਟੇਜ ਸੈਕਟਰੀ ਸੀਗਾ, ਉਸ ਤੋਂ ਬਾਅਦ ਉਹੀ ਬੰਦਾ ਅੰਮ੍ਰਿਤਸਰ 'ਚ MC ਬਣਿਆ, ਉਹ ਇੱਕ ਕਾਂਗਰਸੀ ਮੇਅਰ ਬਣਿਆ ਉਹਦੇ ਨਾਲ ਰਿਹਾ, ਉਸ ਤੋਂ ਬਾਅਦ ਉਹ ਕਾਂਗਰਸ ਜੁਆਇਨ ਕਰ ਗਿਆ, ਕਾਂਗਰਸ ਜੁਆਇਨ ਕਰਕੇ ਮੁੜ ਕੇ ਇੰਪਰੂਵਮੈਂਟ ਟਰੱਸਟ ਤਰਨ ਤਰਨ ਦਾ ਚੇਅਰਮੈਨ ਵੀ ਰਿਹਾ। ਓਕੇ ਓਕੇ, ਤੁਹਾਨੂੰ ਲੱਗਦਾ ਕਿ ਆਪਣੀ ਪੀੜ੍ਹੀ ਹੇਠਾਂ ਵੀ ਸਿੱਧੂ ਸਾਹਿਬ ਜਿੱਦਾਂ ਇਹਨਾਂ ਨੇ ਇੱਕ ਬੜਾ ਗੰਭੀਰ ਕੁਐਸਚਨ ਜਿਹੜਾ ਹੈਗਾ ਖੜਾ ਕੀਤਾ, ਜਿਹੜੀਆਂ ਨਿਯੁਕਤੀਆਂ ਕੀਤੀਆਂ ਤੁਸੀਂ ਕਿਹਾ ਕਿ ਬਿਲਕੁਲ ਉਦੋਂ ਸਮਾਂ ਘੱਟ ਸੀਗਾ,
ਉਹ ਨਿਯੁਕਤੀਆਂ ਤੋਂ ਬਾਅਦ ਜਿਹੜੇ ਸਿੰਘ ਸਾਹਿਬਾਨ ਨਿਯੁਕਤ ਹੋਏ ਜਦੋਂ ਬਾਅਦ 'ਚ ਸੱਦਾ ਦਿੱਤੇ ਗਏ ਜਾਂ ਹੋਰ ਕਾਲ ਜਿਹੜੀਆਂ ਦਿੱਤੀਆਂ ਗਈਆਂ ਉਹ ਹੰਗਾਰਾ ਕਿਤੇ ਗੈਬ ਲੱਗਿਆ ਜਿਹੜਾ ਉਹ ਇਕੱਠ ਦਾ ਜਿਹੜਾ ਰਿਸਪੋਂਸ ਸੀ ਉਹ ਰਿਸਪੋਂਸ ਬਾਅਦ 'ਚ ਨਜ਼ਰ ਨਹੀਂ ਆਇਆ ਇਸ ਤਰ੍ਹਾਂ ਸੀ ਜੋ ਇਕੱਠ ਹੋਇਆ ਜਾਂ ਜੋ ਉੱਥੇ ਅਨਾਊਂਸ ਕੀਤਾ ਜੋ ਮਤੇ ਪਾਸ ਕੀਤੇ ਜਕਾਰੇ ਨਾਲ ਪਾਸ ਕੀਤੇ ਜਕਾਰੇ ਨਹੀਂ ਲਾਏ ਲੋਕਾਂ ਜੀ ਜੀ ਬਿਲਕੁਲ ਲਾਏ ਕਿਉਂਕਿ ਜਿਹੜੀ ਸੋ ਕਾਲਡ ਸਰਕਾਰ ਜਿਹੜੀ ਪ੍ਰੈਸ 'ਚ ਵੀ ਆ ਗਿਆ ਕਿੰਨਾ ਰੁਪਈਆ ਖਰਚਿਆ ਇਸ਼ਤਿਹਾਰ ਦਿੱਤੇ ਸੱਚ ਨੂੰ ਝੂਠ ਬਣਾਉਣ ਲਈ ਕਿੰਨਾ ਜ਼ੋਰ ਲਾਇਆ ਇਹਨਾਂ ਨੇ ਜਿਹੜਾ ਕਿ ਖਾਲਿਸਤਾਨ ਦਾ ਇੱਕ ਵੀ ਨਾਰਾ ਨਹੀਂ ਲੱਗਿਆ ਨਾ ਖਾਲਿਸਤਾਨ ਪ੍ਰਤੀ ਉੱਥੇ ਬੋਲਿਆ ਕੋਈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਰ ਸਰ ਇਸ ਗੱਲ ਦਾ ਬੜਾ ਮੀਡੀਆ ਦੇ ਵਿੱਚ ਵੀ ਆਇਆ ਔਰ ਸਰਕਾਰ ਵੱਲੋਂ ਵੀ ਕਿਹਾ ਗਿਆ ਬਿਲਕੁਲ ਬਰੀਫ ਦੇ ਵਿੱਚ ਮੈਂ ਤੁਹਾਡਾ ਕਮੈਂਟ ਲੈਣਾ ਚਾਹਾਂਗਾ ਕਿਹਾ ਗਿਆ ਕਿ ਉੱਥੇ ਦੇਸ਼ ਧਰੋਹੀ ਦੇ ਨਾਰੇ ਲੱਗੇ ਦੋ ਲਾਈਨਾਂ ਦੇ ਵਿੱਚ ਕੀ ਜਵਾਬ ਬਿਲਕੁਲ ਕੋਈ ਨਾਰਾ ਨਹੀਂ ਲੱਗਿਆ ਦੇਸ਼ ਧਰੋਹੀ ਦਾ ਕੋਈ ਕਿਸੇ ਨੇ ਜਿਹੜੇ ਬੁਲਾ ਰਹੇ ਆ ਸਾਰੀਆਂ ਸੀਡੀ ਬਣੀਆਂ ਉਹਦੀਆਂ ਬਲਕਿ ਸਰਕਾਰ ਨੇ ਦੇਸ਼ ਧਰੋਹ ਬਣਾ ਤਾ ਓਕੇ ਅਤੇ ਹਾਈਕੋਰਟ 'ਚ ਜ਼ਮਾਨਤਾਂ ਦਿੱਤੀਆਂ ਨੇ ਵਾਰ ਵਾਰ ਕੈਂਸਲ ਕਰਾਈ ਹਾਈਕੋਰਟ ਨੇ ਦਿੱਤੀ ਹੈ ਜੇ ਦੇਸ਼ ਧਰੋਹ ਹੁੰਦਾ ਸਾਬਤ ਹੁੰਦਾ ਜਾਂ ਸੀਡੀਆਂ ਦਿੰਦੇ ਤਾਂ ਆਪਣੇ ਜ਼ਮਾਨਤ ਕਿਉਂ ਹੋਣੀ ਸੀ ਓਕੇ ਜਿਹੜੇ ਕੇਸ ਬਣਾਏ ਗਏ ਤੁਹਾਨੂੰ ਲੱਗਦਾ ਬਿਲਕੁਲ ਝੂਠੇ ਬਣਾਏ ਗਏ ਔਰ ਬਿਲਕੁਲ ਕਿਸੇ ਦੂਸਰੇ ਨੂੰ ਕਿਸੇ ਨੂੰ ਚਾਹੁੰਦਾ ਹੀ ਨਹੀਂ ਇਹ ਓਕੇ ਸਿੰਧੂ ਸਾਹਿਬ ਥੈਂਕ ਯੂ ਵੈਰੀ ਮੱਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਦਾ ਸੱਦਾ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਉਹਦੇ 'ਤੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ ਪਹਿਲੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਭਾਈ ਅਸ਼ੋਕ ਸਿੰਘ ਬਾਗੜੀਆਂ ਸਾ ਗੁਰਨਾਮ ਸਿੰਘ ਸਿੱਧੂ ਭਾਈ ਸੁਰਿੰਦਰ ਸਿੰਘ ਮੈਂ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਦਰਸ਼ਕਾਂ ਨੂੰ ਇਸ ਨੇ ਹੈ ਕਿ ਇਹ ਦੋ ਪੜਾਅ ਵੀ ਚਰਚਾ ਲਈ ਤੁਸੀਂ ਦੂਜੇ ਪੜਾਅ ਦੀ ਚਰਚਾ ਦੇਖਣਾ ਵੀ ਨਾ ਭੁੱਲਿਓ